stanza 1 with its explanation. Stanza 1 ਦੇ ਵਿੱਚ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਰਿਮਾਈਂਡ ਕਰਾ ਦਾਂ ਕਿ ਪਾਰਟ 1 ਵੀਡੀਓ ਦਾ ਪਾਰਟ 1 ਜ਼ਰੂਰ ਦੇਖ ਲਿਓ ਉਹਦੇ ਵਿੱਚ ਸਾਰੀਆਂ ਲਿਟਰੇਰੀ ਡਿਵਾਈਸਿਸ ਐਕਸਪਲੇਨ ਕੀਤੀਆਂ ਹੈ ਜੋ ਵੀ ਯੂਜ਼ ਹੋਈਆਂ ਦੇਖੋ ਮੈਟਾਫਰ ਯੂਜ਼ ਹੋਇਆ ਇਮੇਜਰੀ ਯੂਜ਼ ਹੋਈ ਹੈ ਸਿੰਬਲਸ ਯੂਜ਼ ਹੋਏ ਹੈ ਸਿਮਿਲੀਜ਼ ਯੂਜ਼ ਹੋਈਆਂ ਸੋ ਯੂ ਨੀਡ ਟੂ ਬੀ ਅਟੈਂਟਿਵ ਐਂਡ ਅਲਰਟ ਵਾਈਲ ਲਿਸਨਿੰਗ ਟੂ ਦਿਸ ਲੈਕਚਰ ਧਿਆਨ ਨਾਲ ਸੁਣਿਓ ਸੋ ਦੈਟ ਤੁਹਾਨੂੰ ਬਹੁਤ ਈਜ਼ੀਲੀ ਇਹ ਸਮਝ ਆ ਜਾਵੇ ਫਸਟ ਸਟੈਂਜ਼ਾ ਦੇ ਵਿੱਚ ਉਹ ਸਟਾਰਟ ਕਿਵੇਂ ਕਰ ਰਿਹਾ ਪੋਇਟ ਦ ਫ੍ਰੀ ਬਰਡ ਲੀਵਸ ਔਨ ਦ ਬੈਕ ਆਫ ਦ ਵਿੰਡ ਐਂਡ ਫਲੋਟਸ ਡਾਊਨ ਸਟ੍ਰੀਮ ਟਿਲ ਦ ਕਰੰਟ ਐਂਡਸ ਫ੍ਰੀ ਬਰਡ ਕਿਸ ਚੀਜ਼ ਦਾ ਸਿੰਬਲ ਹੈ ਇਹ ਮੈਂ ਤੁਹਾਨੂੰ ਦੱਸਿਆ ਸੀ ਫ੍ਰੀ ਬਰਡ ਸਿੰਬਲਾਈਜ਼ ਕਰ ਰਿਹਾ ਹੈ ਦਿ ਵਾਈਟਸ ਜੋ ਵਾਈਟ ਪੀਪਲ ਨੇ ਵਾਈਟ ਪੀਪਲ ਦੇ ਆਰ ਫ੍ਰੀ ਦੇ ਹੈਵ ਗੋਟ ਫਰੀਡਮ they have got a free will they can do whatever they want to is liye oh kehnda jive hawa de vich azad panchi upar ghumde hai apni tor nal ghumde hai they are not bothered about anything ohna nu kise di koi tension nahi hai they don't have to be conscious all the time oh is tarah float karde hai jive kite kise stream de vich hon itthe stream da ki meaning hai jo jharna beh reya hunda hai ਜਿਵੇਂ ਉੱਪਰੋਂ ਥੱਲੇ ਇੱਕ ਝਰਨਾ ਵਹਿੰਦਾ ਹੈ ਉਸੇ ਤਰ੍ਹਾਂ ਹੀ ਵਹਿੰਦਾ ਹੈ ਉਸੇ ਤਰ੍ਹਾਂ ਹੀ ਜੋ ਫ੍ਰੀ ਬਰਡ ਹੈ ਉਹ ਉੱਪਰੋਂ ਨੀਚੇ ਫਲੋਟ ਕਰਦੇ ਕਰਦੇ ਪੂਰੇ ਅਸਮਾਨ ਦੇ ਵਿੱਚ ਉੱਡਦੇ ਰਹਿੰਦੇ ਹੈ ਵਾਈਟ ਪੀਪਲ ਇਹਦਾ ਸਿੰਬੋਲਿਕ ਮੀਨਿੰਗ ਕੀ ਹੋ ਗਿਆ ਵਾਈਟ ਪੀਪਲ ਫ੍ਰੀ ਨੇ ਆਜ਼ਾਦ ਨੇ ਔਰ ਉਹਨਾਂ ਨੂੰ ਜਿਸ ਵੇਲੇ ਜੋ ਕੰਮ ਕਰਨ ਦਾ ਮਨ ਹੁੰਦਾ ਉਸ ਵੇਲੇ ਉਹ ਕਰ ਸਕਦੇ ਹੈ ਆਪਣੀ ਵਿਸ਼ ਦੇ ਅਕੋਰਡਿੰਗ ਉਹ ਚੱਲਦੇ ਹੈ and dips his wings in the orange sun rays and dares to claim the sky to ithe agar sun rays di gal kariye orange sun rays as you can see in the picture as well orange sun rays superficially speaking agar superficial meaning dekhiye te orange sun rays kehdiyan hoyan jadon ya te sunrise hon wala hai ya sunset hon wala hai hun kyunki assi ithe white people di gal kar rahe ha ik free bird di gal kar rahe ha so we'll take the positive aspect of the sun so that is sunrise orange sun rays hai aur wo sare birds jadon upar tak udari maar ke niche aunde hai unhan nu bilkul aive hi lagda hai ki is sare da sara aasman unhan da hai us sunrise de time de utte ise tarah white people nu lagda hai ki jinni duniya de vich jinne log hai jinne professions hai ਉਹੀ ਨੇ ਜਿਹੜੇ ਇਸ ਪ੍ਰੋਫੈਸ਼ਨ ਨੂੰ ਹਰ ਪ੍ਰੋਫੈਸ਼ਨ ਨੂੰ ਕਾਮਯਾਬ ਕਰ ਰਹੇ ਹੈ ਇਹੀ ਲੋਕ ਹੈ ਜੋ ਮੋਟੀਵੇਟ ਕਰ ਰਹੇ ਹੈ ਲੋਕਾਂ ਨੂੰ ਔਰ ਲੋਕਾਂ ਨੂੰ ਐਜੂਕੇਟ ਕਰ ਰਹੇ ਹੈ ਸੋ ਦੇ ਡੇਅਰ ਟੂ ਕਲੇਮ ਦ ਸਕਾਈ ਦੇ ਇੱਥੇ ਦੇ ਕੌਣ ਹੈ ਫ੍ਰੀ ਬਰਡ ਔਰ ਫ੍ਰੀ ਬਰਡ ਕੌਣ ਹੈ ਵਾਈਟਲ ਬਟ ਅ ਬਰਡ ਦੈਟ ਸਟੋਕਸ ਡਾਊਨ ਹਿਜ ਨੈਰੋ ਕੇਜ ਐਸ ਯੂ ਕੈਨ ਸੀ ਹੇਅਰ ਇਨ ਦ ਪਿਕਚਰ ਕੇਜ ਦੇ ਵਿੱਚ ਬਰਡਸ ਹੈ ਕੋਈ ਵੀ ਬਰਡ ਜਦੋਂ ਕੇਜ ਦੇ ਵਿੱਚ ਹੋਏਗਾ ਤੁਸੀਂ ਦੇਖੋਗੇ ਧਿਆਨ ਨਾਲ ਅਗਰ ਓਬਜ਼ਰਵ ਕੀਤਾ ਹੋਵੇ ਉਹ ਬਰਡਸ ਦਾ ਚਹਿਚਹਾਣਾ ਉਹਨਾਂ ਦਾ ਹਮਿੰਗ ਸਾਊਂਡ ਜੋ ਹੋਏਗਾ ਚਰਪਿੰਗ ਹੋਏਗੀ ਉਹ ਬਿਲਕੁਲ ਅਲੱਗ ਤਰ੍ਹਾਂ ਦੀ ਹੋਏਗੀ ਬਿਕੋਜ਼ ਜਦੋਂ ਤੁਹਾਨੂੰ ਫ੍ਰੀ ਛੱਡਿਆ ਜਾਵੇ ਉਦੋਂ ਤੁਹਾਡੀ ਆਵਾਜ਼ ਅਲੱਗ ਤਰੀਕੇ ਦੀ ਨਿਕਲਦੀ ਹੈ ਅਗਰ ਤੁਹਾਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਜਾਏ ਤਾਂ ਤੁਹਾਡੀ ਆਵਾਜ਼ ਚੇਂਜ ਹੋ ਜਾਏਗੀ ਨੋ ਡਾਊਟ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਬੋਲ ਰਹੇ ਹੋ ਬਟ ਤੁਹਾਡੀ ਟੋਨ ਦੇ ਵਿੱਚ ਡਿਫਰੈਂਸ ਆ ਜਾਏਗਾ ਹੁਣ ਇੱਥੇ ਇੱਕ ਕੇਜਡ ਬਰਡ ਦੀ ਗੱਲ ਕੀਤੀ ਗਈ ਹੈ ਹੁਣ ਇਹ ਕੇਜਡ ਬਰਡ ਕੌਣ ਹੈ ਇਹ ਉਹ ਕੇਜਡ ਬਰਡ ਹੈ ਜੋ ਕਿ ਬਲੈਕ ਪੀਪਲ ਨੇ ਬਿਕੋਜ਼ ਵਾਈਟ ਪੀਪਲ ਸਟਰੋਂਗਲੀ ਬਿਲੀਵ ਕਿ ਜਿਸ ਤਰ੍ਹਾਂ ਬਲੈਕਸ ਦੇ ਇਨਸੈਸਟਰਸ ਸਾਡੇ ਸਲੇਵਸ ਰਹੇ ਹੋਏ ਹੈ ਉਸੇ ਤਰ੍ਹਾਂ ਹੀ ਇਹਨਾਂ ਦੀਆਂ ਆਉਣ ਵਾਲੀਆਂ ਸਾਰੀਆਂ ਜਨਰੇਸ਼ਨਸ ਸਾਡੀਆਂ ਸਲੇਵਸ ਹੀ ਰਹਿਣਗੀਆਂ ਔਰ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹਨਾਂ ਦਾ ਕੋਈ ਰਾਈਟ ਨਹੀਂ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੀ ਐਜੂਕੇਸ਼ਨ ਲੈਣ ਇਹ ਲਿਟਰੇਟ ਹੋਣ ਔਰ ਇਹ ਸਾਡੇ ਬਰਾਬਰ ਆ ਕੇ ਖੜ੍ਹੇ ਹੋਣ ਸੋ ਉਸ ਕੇਜ ਦੇ ਵਿੱਚੋਂ ਕਹਿੰਦਾ ਕਿ ਇੱਕ ਬਰਡ ਹੈ ਜੋ ਉਸ ਕੇਜ ਦੇ ਵਿੱਚੋਂ ਬੜੇ ਤੰਗ ਜਿਹੇ ਪਿੰਜਰੇ ਦੇ ਵਿੱਚੋਂ ਦੇਖ ਰਿਹਾ ਕੈਨ ਸੈਲਡਮ ਸੀ ਥਰੂ ਹਿਸ ਬਾਰਸ ਆਫ ਰੇਜ ਸੈਲਡਮ ਮਤਲਬ ਕਦੇ ਕਦੇ ਬਹੁਤ ਹੀ ਘੱਟ ਬਾਰਸ ਆਫ ਰੇਜ ਜੋ ਪਿੰਜਰਾ ਹੁੰਦਾ ਉਹ ਸਰੀਆਂ ਦਾ ਬਣਿਆ ਹੋਇਆ ਹੁੰਦਾ ਪਤਲੀਆਂ ਰੋਡਸ ਦਾ ਉਹ ਬਾਰਸ ਹੋ ਗਈਆਂ
रेज हुंदा गुस्सा, जदों बर्ड किसे पिंजरे दे विच बंद है डेफिनेटली उन्हें गुस्सा भी आएगा। वो कहिंदा है कि गुस्से दे विच ओहो उन्हां बार्स दे थ्रू बस उन्ना ही कदे कदे देख पाउंदा है जिन्ना क के गुस्सा उन्हूं अलाउ करदा है देखण दे लई। और गुस्सा किस चीज़ दा है कि मैनू पिंजरे दे विच क्यों बंद किया होया, पिंजरे दे विच पंछी बंद है, हुण इह पिंजरा किन्हां चीज़ां दा है, सोसाइटी दे उन्हां वाइट पीपल दे क्रिएट किए हुए जो रूल्स एंड रेगुलेशनस है, जो नॉर्म्स है उन्हां दे अकॉर्डिंग उन्हां चीज़ां दा केज बनिया होया है। और बार्स की ने जो उन्होंने उन्होंने उत्ते रिस्ट्रिक्शंस, जो वाइट पीपल ने ब्लैक पीपल के उपर रिस्ट्रिक्शंस लगाई हुई हैं। नैक्सट द पोएट सेज हिज विंग्स आर क्लिप्ड एंड फीट आर टाइड। कहण उन्होंने बर्ड जरूर किया गया है बट ये किस तरह के बर्ड है, सब तो पहला कि उन्होंने पिंजरे च रखा गया, दूसरी प्रॉब्लम इन्होंने बर्ड्स के नाल कि उन्होंने विंग्स क्लिप कर दिए गए हैं, विंग्स नू बंद कर दिता गया, जोड़ दिता गया। तो तीसरी चीज़ उन्हां दे फीट, उन्हां दे पैर बन्ने हुए है। विंग्स क्लिप करना दो मीनिंग है, दे एक क्लिप करना हुंदा है जदों असी दो अलग अलग चीज़ां नू जॉइन करके उपर जिवें कपड़े सुकाउण वाली हुंदी है वो क्लिप उन्हूं आपां लगा दिए तो बर्ड्स अपने विंग्स नू ओपन नहीं कर पाउणगे। दूसरा मीनिंग हुंदा है इत्थे क्लिप करना मतलब कट्टणा, कि देखण नूं लगेगा कि यह पंछी है बट ये उस तरह के पंछी है जिन्हां दे पंखां नूं उन्हां दे जो खंभ ने वो कुतर दिते गए हैं और उन्हां दे पैरां दे विच बेड़ियां पाईआं होईआं, बन्ने हुए उन्हां दे पैर। हुण ये बेड़ियां किस चीज़ दियां ने, ये बेड़ियां वाइट पीपल ने जो ब्लैक पीपल दे उपर रिस्ट्रिक्शंस लगाए है कि तुसी इस सोसाइटी तो बाहर नहीं आ सकते, तुसी सर्टन काइंड ऑफ एजुकेशन नहीं लै सकते, तुहाडे बच्चे साडे स्लेव्स ही रहणगे, ये सारियां बेड़ियां है। इस तरह जिवें सोसाइटी दे विच भी बहुत तरह दियां प्रॉब्लम्स हुंदियां है, बहुत तरह दियां चेन्स एंड रिस्ट्रिक्शंस हुंदियां, उन्हूं असी कंपेयर कर सकते हैं इत्थे। सो इहो जिहा बर्ड की करेगा, सो ही ओपनज हिज थ्रोट टू सिंग, उहदे कोल इक्को ही ऑप्शन बच जाएगी गाउण दी। आवाज़ कदे भी किसी की दबाई नहीं जा सकती, असी हर किसी इंसान नू दबा सकते हैं, उदियां इच्छावां नू दबा सकते हैं बट देयर इज़ ऑलवेज अ लिमिट। अगर किसी भी चीज़ की एक्सेस हो जाएगी तो इट इज़ बैड एज वी ऑल नो। सो इट्स बैटर कि पहला ही सानू पता होना चाहिए है कि किन्नी आवाज़ चुकनी है और किस वेले चुकनी है। हुण इत्थे प्रॉब्लम की होगी बर्ड्स दे नाल एंड ब्लैक पीपल दे नाल कि उन्होंने पता है कि हुण असी कुछ नहीं कर सकते होर, बट एटलीस्ट वी कैन सिंग मीनस वी कैन रेज आवर वॉइस। जो इस पोएम दी पोएट है वो मैं फर्स्ट वीडियो दे विच तुहानू दस चुकी हाँ कि शी इज़ ऑलसो एफ्रो अमेरिकन, शी वॉज बॉर्न इन अफ्रीका एंड ब्रॉट अप इन अमेरिका, शी हैज़ फेस्ड दिस काइंड ऑफ बायसनेस, दिस काइंड ऑफ प्रेजुडिस। ओके नेक्स्ट स्टैंजा, द केज्ड बर्ड सिंग्स विद फियरफुल ट्विल ऑफ द थिंग्स अननोन। हुण जो केज्ड बर्ड है जदों वो गाना शुरू करता किस तरह का गीत गाँदा है, वो केज्ड बर्ड सिंग्स विद फियरफुल ट्रिल, ट्रिल हुंदा जो श्रीकिंग साउंड हुंदा जदों कोई इंसान नूं बहुत ज़्यादा दबा के रख्या गया होवे, बहुत ज़्यादा। तुसी इदां मूवीज़ दे विच देखिया होएगा, बजरंगी भाईजान सारिआं ने देखी होनी है तुसी, उहदे विच जदों लास्ट दे विच उस छोटी बच्ची दी आवाज़ वापस आउंदी हुई दिखाउंदे है ते वह मामा बोलती है, ते वह मामा वर्ड नॉर्मल वॉइस च नहीं बोलती, उहदी पिच बहुत हाई हुंदी है, सो दैट इज़ ट्रिलिंग साउंड। वो ट्रिल करता है, वह जहाँ बर्ड जिन्हों पता है कि मैं सिर्फ हूँ गा सकता, मैं सिर्फ बोल सकता, होर कोई ऑप्शन नहीं बची मेरे को, चाहे वह फीयरफुल है उसकी आवाज़, क्योंकि आवाज़ दे विच डर रहेगा हजे, बिकॉज़ वह कोशिश कर रहा है कि वह अपनी आवाज़ नू लोगों तक पहुँचाए कि मेरे उत्ते की बीत रही है जो तुम मैनू एक पिंजरे दे विच बंद करके रख रहे हो। ऑफ द थिंग्स अननोन, उन्हें नहीं पता कि वह किस चीज़ के लिए गाना चाह रहा है, इहो जिहियां चीज़ां दे बारे गाना गा रहा हो कि जिहड़ियां चीज़ां उहदे लई अननोन ने, अनजान है उहदे लई, बट लॉन्ग्ड फॉर स्टिल, बट उन्हें इन्हां चीज़ां दी
डिजायर की है, लोंग फॉर डिजायर करना, इच्छा रखना, विश करना, आ सारिया चीज़ा अननोन थिंग्स हूँ की हो सकदियाँ ने ज़्यादा तो ज़्यादा फॉर अ केज्ड बर्ड, किसी भी पंछी नू या किसी पैट नू ईवन किसी परसन नू अगर असी कैद करके रखते हाँ तो उदी वन एंड ओनली विश की हुंदी है कि मैनू आज़ाद कर दिता जाए, मैं खुला होके आज़ाद किवें कदों कित्थे घूमूंगा और मैनू कदों इह जिहा टाइम मिलेगा कि मेरे उपर कोई भी पाबंदियाँ नहीं होंगियां। And his tune is heard on the distant hill, for the caged bird sings of freedom. ओदी जो आवाज़ है सॉन्ग दी, वो कहना दूर तक सुनाई दे सकती है, कोई भी पर्सन उन्हों दूर दी किसी हिल तो सुन सकता है, और क्यों सुन सकता, फॉर इतने फॉर वर्ड यूज होया, लई लई भी यूज होया, इतने दा मीनिंग है बिकॉज, क्योंकि वो फ्रीडम दा सॉन्ग गा रहा है। जदों कोई आज़ादी दे गीत गाँदा वो सोंग एक परसन या एक सोसाइटी तक सीमित नहीं रहिंदा, वो पूरी कायनात दे विच गूंजता है। दिस इज वॉट द पोएट हैज़ कन्वेड थ्रू दिस स्टैंजा। इन स्टैंजा फोर पोएट ने टोन चेंज कीती, नाउ शी इज गोइंग टू टॉक अबाउट द फ्री बर्ड अगैन। द फ्री बर्ड थिंक्स ऑफ अनदर ब्रीज। अनदर ब्रीज की है फ्री बर्ड, white people जाना चाहते हैं होर किसी देश के विच, क्योंकि उन्होंने पता है कि अफ्रीका दे विच या फिर जो ब्लैक पीपल है वो तो साढ़े अंडर हैगी है। बट अनदर ब्रीज इज मैटाफर फॉर अदर कंट्रीज, बाकी कंट्रीज दे विच वो जाना चाहते हैं। एंड द ट्रेड विंड्स सॉफ्ट थ्रू द साइंग ट्रीज, और दूसरी कंट्रीज जाके वो अलग अलग तरह की ट्रेडिंग करना चाहते हैं, और उन्होंने जो ये डिज़ायर है वो सिसकियाँ लै रहे जो रुख ने, क्योंकि रुखा नू भी पता है कि जेडे फ्री बर्ड्स है वो किस तरह नेचर नू स्पॉयल कर रहे हैं, नेचर नू किवें स्पॉयल कर रहे हैं, अगर ह्यूमन बीइंग नू बार बार परेशान किया जाएगा तो आउटरेजियस होके की करेगा, वह किसी ना किसी जगह पर अपना गुस्सा कढ़ेगा। इस तरह ही जो केज्ड बर्ड है अगर वह बाहर जाएगा उन्हें पता ही नहीं लगेगा कि उन्हें उड़ना कितने है, उन्हें बैठना कितने है, उन्हें नैसट किवें बनाना अपना। सो पेड़ जो रुख ने वो सारे उदे लई बहुत ज़्यादा सिसकियाँ लैके रो रहे हैं, उन्होंने भी दुख हो रहा है कि ये जो हूँ वाइट पीपल है, जो फ्री बर्ड्स है, ये इतों छड़ के दूसरी थान पर जाएंगे और उत्थे जाके भी लोगों को परेशान करेंगे। एंड द फैट वर्म्स वेटिंग ऑन अ डॉन ब्राइट लॉन एंड ही नेम्स द स्काई हिज ओन। इतने फैट वर्म्स जदों फ्री बर्ड एक जगह तो दूसरी जगह जाते हैं, माइग्रेट करते हैं, उत्थे उन्होंने अलग अलग तरह के वर्म्स मिलते हैं। वर्म्स इतने की है, वर्म्स आर कीड़े, अर्थ वर्म्स जिवें होंदे आ जिन्हों आपां गंडोए कहने आ, उदा ही फैट वर्म्स न्यूट्रीशियस उन्होंने इनसैक्ट्स मिलते हैं खाने के लिए ताकि वो उन्होंने खाण और वो हैल्दी रहन। और इतने सिंबोलिकली पोएट की कहना चाह रही है कि वाइट पीपल जो दूसरिया कंट्रीज के विच जाएंगे उन्होंने उत्थे ट्रेडिंग के लिए होर भी ज़्यादा ओपरचुनिटीज मिलनगिया, होर ज़्यादा लोग मिलेंगे जिन्होंने वो अपना स्लेव बना सकते हैं, और इस तरह फैट होंगे वो, इस तरह वो बहुत ज़्यादा स्ट्रोंग हो जाएंगे, और वो फिर दोबारा उन्होंने एवें ही लगेगा कि सारे का सारा स्काई उन्हों का मीन सारा वर्ल्ड उन्होंने अंडर। बट अ केज्ड बर्ड स्टैंड्स ऑन द ग्रेव ऑफ ड्रीम्स। वैन वी से ग्रेव ऑफ ड्रीम्स, साढ़े सारिया का कोई ना कोई सपना होंगे, हर किसी इंडिविजुअल का, चाहे वह पूरा हो गया या नहीं होया, हर किसी का एक सुपना होंगे, किसी का वैसे हो जाता पूरा, किसी का नहीं होंगे। बट ये जिहड़ा केज्ड बर्ड है वो कहता कि वो अपने ही सुपनों के कबर के उपर खड़ा है, क्योंकि उन्हें पता है चंगी तरह कि शायद मैं जिंदगी कदे भी आज़ाद नहीं हो सकता। ब्लैक पीपल नू बहुत चंगी तरह पता है, इतने सिंबोलिकली पोएट कह रही है कि ब्लैक पीपल नो दैट दे कैन नैवर गैट फ्रीड फ्रॉम द clutches of the white people, because white people बहुत ज़्यादा strong है, they are powerful. So जो भी उन्होंने dreams है black people दे, वो उन्होंने अपनी हुई grave के उपर खड़े हैं।
His shadow shouts on a nightmare screen. ਜਦੋਂ ਉਹਨਾਂ ਨੂੰ ਰਾਤ ਨੂੰ ਭੈੜੇ ਡਰਾਵਣੇ ਸੁਪਨੇ ਆਉਂਦੇ ਹੈ, ਹੁਣ ਉਹ ਡਰਾਵਣੇ ਸੁਪਨੇ ਕਿਸ ਚੀਜ਼ ਦੇ ਹੋ ਸਕਦੇ ਹੈ ਕਿ ਇੱਕ ਜਦੋਂ ਪੰਛੀ ਨੂੰ ਤੁਸੀਂ ਕੈਦ ਕਰੋਗੇ ਤਾਂ ਉਹਦੇ ਮਾਈਂਡ ਦੇ ਵਿੱਚ ਵਾਰ ਵਾਰ ਸੁਪਨੇ ਇਸ ਤਰ੍ਹਾਂ ਦੇ ਆਉਂਦੇ ਹੋ ਸਕਦੇ ਹੈ। ਅਗਰ ਆਪਾਂ ਸਾਈਕੋਲੋਜੀਕਲੀ ਗੱਲ ਕਰੀਏ ਕਿ ਉਹ ਸੁਪਨਾ ਲੈਂਦਾ ਹੈ ਕਿ ਮੈਨੂੰ ਓਕੇ ਪਿੰਜਰਾ ਖੁੱਲ੍ਹ ਗਿਆ, ਪਿੰਜਰਾ ਖੁੱਲ੍ਹਣ ਤੋਂ ਬਾਅਦ ਮੈਂ ਉੱਡਣ ਦੀ ਕੋਸ਼ਿਸ਼ ਕਰ ਰਿਹਾ ਬਟ ਮੈਥੋਂ ਉੱਡਿਆ ਨਹੀਂ ਜਾ ਰਿਹਾ। ਹੁਣ ਫਸਟ ਸਟੈਂਜਾ ਯਾਦ ਕਰੋ, ਫਸਟ ਸਟੈਂਜਾ ਦੇ ਵਿੱਚ ਉਹ ਕਹਿੰਦਾ ਕਿ ਉਹ ਕਿਉਂ ਨਹੀਂ ਉੱਡ ਸਕਦਾ, ਗਾ ਕਿਉਂ ਰਿਹਾ ਸਿਰਫ, ਕਿਉਂਕਿ ਉਹਦੇ ਵਿੰਗਸ ਨੂੰ ਕਲਿੱਕ ਕੀਤਾ ਗਿਆ ਔਰ ਉਹਦੇ ਫੀਟ ਟਾਏ ਕੀਤੇ ਗਏ ਹੈ, ਬੰਨੇ ਹੋਏ ਹੈ। ਨਾਓ ਇਫ ਹੀ ਟਰਾਈਜ਼ ਟੂ ਫਲਾਈ ਉਹ ਡਿੱਗ ਜੂਗਾ। ਇੱਦੋਂ ਵੱਡਾ ਨਾਈਟਮੇਅਰ ਕੀ ਹੋ ਸਕਦਾ ਕਿ ਉੱਡ ਤਾਂ ਸਕਦਾ ਨਹੀਂ, ਉੱਧਰੋਂ ਬਿੱਲੀ ਆ ਜਾਵੇ ਔਰ ਬਿੱਲੀ ਉਹਨੂੰ ਖਾ ਜਾਵੇ, ਦੈਨ ਵੋਟ ਵਿਲ ਹੈਪਨ? ਅਫਕੋਰਸ ਦ ਬਰਡ ਵਿਲ ਡਾਈ। ਸੋ ਬਲੈਕ ਪੀਪਲ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦਾ ਨਾਈਟਮੇਅਰ ਕੀ ਹੋ ਸਕਦਾ ਹੈ? ਬਲੈਕ ਪੀਪਲ ਆਰ ਆਲਸੋ ਸੇਲਿੰਗ ਇਨ ਦ ਸੇਮ ਬੋਟ, ਉਹਨਾਂ ਦੀ ਵੀ ਉਹੀ ਪ੍ਰੋਬਲਮ ਹੈ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਬਾਹਰ ਨਿਕਲ ਵੀ ਆਉਂਦੇ ਹਾਂ ਸੁਪਨਿਆਂ ਦੇ ਵਿੱਚ, ਜਿੱਦਾਂ ਉਹਨਾਂ ਨੂੰ ਭੈੜੇ ਸੁਪਨੇ ਜੋ ਆ ਰਹੇ ਆ, ਡਰਾਵਨੇ ਸੁਪਨੇ, ਨਾਈਟਮੇਅਰ ਹੁੰਦੇ ਆ, ਬਹੁਤ ਡਰਾਵਨੇ ਸੁਪਨੇ ਜਦੋਂ ਆਪਾਂ ਇਕਦਮ ਡਰ ਕੇ ਉੱਠ ਜਾਂਦੇ ਹਾਂ ਕਿ ਵੀ ਹਾਏ ਇੱਦਾਂ ਨਹੀਂ ਹੋਣਾ ਚਾਹੀਦਾ ਲਾਈਫ ਦੇ ਵਿੱਚ, ਉਹੋ ਜਿਹੇ ਸੁਪਨੇ। ਸੋ ਬਲੈਕ ਪੀਪਲ ਸੋਚਦੇ ਆ ਕਿ ਅੱਛਾ ਅਗਰ ਮੈਂ ਬਾਹਰ ਆ ਗਿਆ ਹੋ ਸਕਦਾ ਇਹ ਲੋਕ ਮੈਨੂੰ ਐਕਸੈਪਟ ਨਾ ਕਰਨ, ਹੋ ਸਕਦਾ ਮੇਰੀ ਮੈਰਿਜ ਨਾ ਹੋਵੇ, ਹੋ ਸਕਦਾ ਮੈਨੂੰ ਜੋਬ ਨਾ ਮਿਲੇ, ਜੇ ਮੇਰੀ ਐਜੂਕੇਸ਼ਨ ਨਾ ਕੰਪਲੀਟ ਹੋਈ ਮੈਨੂੰ ਜੋਬ ਨਹੀਂ ਮਿਲਣੀ, ਜੋਬ ਨਾ ਮਿਲੀ ਤਾਂ ਮੇਰੀ ਮੈਰਿਜ ਨਹੀਂ ਹੋਣੀ, ਮੈਰਿਜ ਨਹੀਂ ਹੋਏਗੀ ਤਾਂ ਫਰਦਰ ਮੇਰਾ ਫਿਊਚਰ ਕਿਸ ਤਰ੍ਹਾਂ ਦਾ ਹੋਏਗਾ, ਉਹਨੂੰ ਕੁਛ ਪਤਾ ਹੀ ਨਹੀਂ ਲੱਗੇਗਾ। ਕਿਉਂਕਿ ਅਗਰ ਕਿਸੇ ਵੀ ਬੰਦੇ ਨੂੰ ਬਹੁਤ ਜ਼ਿਆਦਾ ਦੇਰ ਤੱਕ ਅਸੀਂ ਬੰਦ ਕਰਕੇ ਰੱਖਾਂਗੇ ਤਾਂ ਉਹਨੂੰ ਭੁੱਲ ਜਾਏਗਾ ਕਿ ਉਹਦੇ ਆਪਣੇ ਰਾਈਟਸ ਕੀ ਨੇ। ਇਸ ਲਈ ਉਹ ਆਪਣੇ ਇਹਨਾਂ ਸੁਪਨਿਆਂ ਤੋਂ ਇਕਦਮ ਸੋਚ ਕੇ ਵੀ ਕੰਬਦਾ ਹੈ ਔਰ ਇਹਨਾਂ ਸੁਪਨਿਆਂ ਦੇ ਕਰਕੇ ਉਹ ਆਪਣੇ ਹੀ ਸ਼ੈਡੋ ਤੋਂ ਡਰ ਕੇ ਚੀਕਾ ਮਾਰਨ ਲੱਗ ਜਾਂਦਾ ਹੈ। ਹੁਣ ਉਹ ਕਿਉਂ ਮਾਰਦਾ ਹੈ? ਅੱਗੇ ਉਹੀ ਸੇਮ ਲਾਈਨ ਪੋਇਟ ਨੇ ਇੰਫਸਾਈਜ਼ ਕਰਨ ਦੇ ਲਈ ਰਿਪੀਟ ਕੀਤੀ ਹੈ। ਹਿਜ ਵਿੰਗਸ ਆਰ ਕਲਿਪਡ ਐਂਡ ਹਿਜ਼ ਫੀਟ ਆਰ ਟਾਈਡ ਸੋ ਹੀ ਓਪਨਸ ਹਿਜ਼ ਥਰੋਟ ਟੂ ਸਿੰਗ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਹੁਣ ਕੁਛ ਨਹੀਂ ਕਰ ਸਕਦਾ। ਦੈਟਸ ਵਾਈ ਦ ਬਰਡ, ਦਿਸ ਕੇਜਡ ਬਰਡ ਔਰ ਮੈਟਾਫੋਰੀਕਲੀ ਸਪੀਕਿੰਗ ਦ ਬਲੈਕ ਪੀਪਲ, ਯੈਸ ਦ ਬਲੈਕ ਪੀਪਲ, ਦੇ ਓਪਨ ਦੇਅਰ ਥਰੋਟ ਟੂ ਸਿੰਗ। ਇੱਥੇ ਗੀਤ ਗਾਉਣ ਦਾ ਮਤਲਬ ਕੀ ਹੈ? ਗੀਤ ਗਾਉਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਤੁਸੀਂ ਗੀਤ ਹੀ ਗਾ ਰਹੇ ਹੋ, ਤੁਸੀਂ ਪੋਇਮ ਲਿਖ ਰਹੇ ਹੋ, ਜਿਵੇਂ ਮਾਇਆ ਐਂਜਲੋ ਹੈਜ਼ ਰਿਟਨ ਦਿਸ ਪੋਇਮ, ਸ਼ੀ ਹੈਜ਼ ਕੰਪੋਜ਼ਡ ਇਟ। ਇਸੇ ਤਰ੍ਹਾਂ ਹੀ ਪੋਇਮਸ ਲਿਖਦੇ ਲਿਖਦੇ ਇਹ ਪੋਇਮਸ ਪੂਰੇ ਉਸ ਸੋਸਾਇਟੀ ਦੇ ਵਿੱਚ ਪਹਿਲਾਂ ਪ੍ਰੈਵਲੈਂਟ ਹੋਈਆਂ ਐਂਡ ਆਫਟਰ ਦੈਟ ਕੰਟਰੀ ਦੇ ਵਿੱਚ, ਕੰਟਰੀ ਤੋਂ ਬਾਅਦ ਵਿੱਚ ਅਲੱਗ ਅਲੱਗ ਨੇਸ਼ਨਸ ਜੋ ਬਾਕੀ ਸੀ ਉਹਨਾਂ ਤੱਕ ਪਹੁੰਚਿਆ ਇਹ ਮੈਸੇਜ ਕਿ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਉੱਥੇ ਬਲੈਕਸ ਦੀ। ਐਂਡ ਦੈਨ ਦੀ ਥਿੰਗਸ ਚੇਂਜਡ ਸਮ ਹਾਓ, ਨੋਟ ਕੰਪਲੀਟਲੀ ਬਟ ਸਮ ਹਾਓ ਦ ਥਿੰਗਸ ਹੈਵ, ਦ ਸਿਚੁਏਸ਼ਨ ਹੈਜ਼ ਚੇਂਜਡ। ਦ ਕੇਜਡ ਬਰਡ ਸਿੰਗਸ ਵਿਦ ਅ ਫੀਅਰਫੁਲ ਥ੍ਰਿਲ ਆਫ ਥਿੰਗਸ ਅਨਨੋਨ ਬਟ ਲੌਂਗਡ ਫੋਰ ਸਟਿਲ। ਨਾਓ ਵਾਈ ਦ ਪੋਇਟ ਹੈਜ਼ ਰਿਪੀਟਡ ਦੀ this stanza at the end again to emphasize, jadon vi poet ne kise cheez de utte kise ik not cheez kise thought de upar stress dena hove, onu bahut zyada importance deni hove, us time de utte poet ki karde hai ki oh ya ta sentence, agar ik sentence de vich thought pura ho reha hai te us sentence nu repeat karange, ਅਗਰ ਪੂਰੇ ਸਟੈਂਜ਼ਾ ਦੇ ਨਾਲ ਉਹ ਥੋਟ ਜਾਂ ਉਹ ਮੈਸੇਜ ਕਨਵੇ ਹੋ ਰਿਹਾ ਦੈਨ ਦੈਟ ਸਟੈਂਜ਼ਾ ਵਿਲ ਬੀ ਰਿਪੀਟਿਡ। ਸੋ ਹੀਅਰ ਦਿਸ ਸਟੈਂਜ਼ਾ ਹੈਜ਼ ਬੀਨ ਰਿਪੀਟਿਡ ਐਂਡ ਵੀ ਹੈਵ ਆਲਰੇਡੀ ਐਕਸਪਲੇਨਡ ਇਟ। ਇਫ ਯੂ ਈਵਨ ਇਫ ਯੂ ਹੈਵ ਐਨੀ ਡਾਊਟ ਰਿਗਾਰਡਿੰਗ ਦਿਸ ਸਟੈਂਜ਼ਾ ਯੂ ਮੇ ਰਾਈਟ ਇਨ ਦੀ ਕੋਮੈਂਟ ਬੋਕਸ ਬਿਲੋ। ਐਂਡ ਆਈ ਬਿਲੀਵ ਫਰੀਡਮ ਇਜ਼ ਵੈਰੀ ਪ੍ਰੇਸ਼ੀਅਸ, ਵੀ ਆਲ ਮਸਟ ਫਾਈਟ ਫੋਰ ਇਟ। And before fighting for freedom, we must understand what is the meaning of freedom. Because if something, the meaning which you understand of freedom, it may be an offense to the other person.
ਸੋ ਫਰੀਡਮ ਦਾ ਮੀਨਿੰਗ ਲੱਭਣ ਦੇ ਲਈ ਤੁਹਾਨੂੰ ਡਿਕਸ਼ਨਰੀ ਨਹੀਂ ਖੋਲ੍ਹਣੀ ਪੈਣੀ, ਤੁਹਾਨੂੰ ਲੋਕਾਂ ਨਾਲ ਇੰਟਰੈਕਟ ਕਰਨਾ ਪਏਗਾ, ਆਪਣੇ ਵੱਡਿਆਂ ਨਾਲ ਗੱਲ ਕਰੋ, ਸਾਰਿਆਂ ਨਾਲ ਡਿਸਕਸ ਕਰੋ ਕਿ ਕੀ ਮੀਨਿੰਗ ਹੋ ਸਕਦਾ ਫਰੀਡਮ ਦਾ। ਓਕੇ, ਐਂਡ ਥੈਂਕ ਯੂ ਵੈਰੀ ਮੱਚ। ਆਲਵੇਜ਼ ਰਿਮੈਂਬਰ, ਵੀ ਆਲ ਲਰਨ ਨਿਊ ਥਿੰਗਸ ਐਵਰੀ ਡੇ, ਐਂਡ ਆਈ ਆਲਵੇਜ਼ ਸੇ ਲਰਨਿੰਗ ਇਜ਼ living. If we don't learn, we die. If we learn, we live. Thank you very much.